ਇਹਨਾਂ ਦਾ ਜਿਹੜਾ ਦੋਦਾ ਬਾਈ ਜੀ ਝੋਟਾ ਜਿਹੜਾ ਅਨੇਕਾਂ ਖੇਡ ਮੇਲਿਆਂ ਤੇ ਪਸ਼ੂ ਧਨ ਮੇਲਿਆਂ ਦੇ ਵਿੱਚ ਬਾਈ ਜੀ ਚੈਂਪੀਅਨਸ਼ਿਪ ਰਿਹਾ, ਉਹ ਵੀ ਦੋਦਾ ਝੋਟਾ ਜਿਹੜਾ ਅੱਜ ਉਹਦੇ ਵੀ ਦਰਸ਼ਨ ਜਿਹੜੇ ਤੁਹਾਨੂੰ ਕਰਾਵਾਂਗੇ ਦਰਸ਼ਕ ਵੀਰਿਓ। ਸਾਡੇ ਵੀਰਾਂ ਨੇ ਬੜੀ ਮਿਹਨਤ ਦੇ ਨਾਲ ਸਾਂਭਿਆ ਬਾਈ ਹੈ, ਕਬੱਡੀ ਖਿਡਾਰੀ ਨਿੰਮੇ ਬਾਈ ਮੋਦਕੀ ਵਾਲੇ ਦੇ ਵੱਲੋਂ ਵਿਸ਼ੇਸ਼ ਤੌਰ ਤੇ ਬੇਨਤੀ ਕਰਵਾਈ ਗਈ ਹੈ ਸਾਡੇ ਵੀਰ ਦੇ ਵੱਲੋਂ। ਹਲੇ ਹਲੇ ਆਓ ਜੀ, ਮੇਰੀ ਪੀਰੀ ਕਲੱਬ ਕਪੂਰਥਲਾ ਵਰਸੇ ਚੜ੍ਹਦੀ ਕਲਾ ਕਲੱਬ ਜਲੰਧਰ, ਜਲਦੀ ਤੋਂ ਜਲਦੀ ਦੋਨਾਂ ਟੀਮਾਂ ਨੂੰ ਬੇਨਤੀ ਆ। ਸਾਡੇ ਬਾਈ ਜੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸਰਦਾਰ ਮੱਖਣ ਸਿੰਘ ਜੀ ਹੋਣਾਂ ਦੇ ਵੱਲੋਂ ਇਹ ਬੇਨਤੀ ਕਰਵਾਈ ਜਾ ਰਹੀ ਆ, ਜੇਕਰ ਟੀਮਾਂ ਬਾਈ ਜੀ ਲੇਟ ਆਉਣਗੀਆਂ, ਸਮੇਂ ਦਾ ਬਾਈ ਜੀ ਅਕਸ ਜਿਹੜਾ ਖਰਾਬ ਹੋਵੇਗਾ ਤਾਂ ਟੀਮਾਂ ਦੇ ਪਾਰਟੀਸਪੇਟ ਦੇ ਵਿੱਚੋਂ ਜਿਹੜੇ ਪੈਸੇ ਕੱਟ ਲਏ ਜਾਣਗੇ। ਇਹ ਦੋਨਾਂ ਟੀਮਾਂ ਦੇ ਪ੍ਰਤੀ ਬੇਨਤੀ ਆ। ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਵਰਸੇ ਜੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ, ਜੇਕਰ ਟੀਮਾਂ ਦੇਰੀ ਦੇ ਨਾਲ ਆਉਣਗੀਆਂ ਤਾਂ ਸਾਡੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬਾਈ ਜੀ ਸਤਿਕਾਰਯੋਗ ਵੀਰਾਂ ਦੇ ਵੱਲੋਂ ਬੇਨਤੀ ਹੈ ਉਹਨਾਂ ਟੀਮਾਂ ਦੇ ਪਾਰਟੀਸਪੇਟ ਦੇ ਵਿੱਚੋਂ ਜਿਹੜਾ ਫੰਡ ਕੱਟਿਆ ਜਾਵੇਗਾ। ਆਓ ਜੀ, ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਵਰਸੇ ਜੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡਾਂ ਦੇ ਵੱਲ ਆਓ ਮੇਰੇ ਵੀਰ। ਅਗਲੀ ਬੋਲਾਂ ਦੀ ਸਾਂਝ ਬਾਈ ਮੰਦਰ ਮਿਲ ਜੇ ਕੇ ਸਖਚੈਨ ਬਰਾੜ ਚੋਟੀਆਂ ਜੀ ਮੈਕ ਤੋਂ ਪਾਉਣਗੇ ਜੀ। ਬਰਾੜ ਸਾਹਿਬ ਜੀ ਕਰੋ ਜੀ ਕਾਰਵਾਈ ਸ਼ੁਰੂ, ਜਦ ਕਾਰਜ ਸ਼ੁਰੂ ਕਰਦੇ ਫਿਰ ਜੀਤ ਹੀ ਜੀਤ ਪੰਜਾਬੀਆਂ ਦੀ, ਆਏ ਗਏ ਦੀ ਸੇਵਾ ਵਿੱਚ ਨਾ ਕਸਰ ਛੱਡਦੇ। ਇਹ ਵੀ ਮੁੱਢ ਤੋਂ ਹੈ ਰੀਤ ਪੰਜਾਬੀਆਂ ਦੀ ਕਿ ਜ਼ੁਲਮ ਜਬਰ ਨੂੰ ਜੜ ਤੋਂ ਕੱਟ ਦੇਵੇ, ਉੱਠੇ ਜਦ ਵੀ ਸ਼ਮਸ਼ੀਰ ਪੰਜਾਬੀਆਂ ਦੀ, ਬਿਣਗ ਦੇਸ਼ ਲਈ ਸ਼ਹੀਦੀਆਂ ਪਾਉਣ ਖਾਤਰ। ਕਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ, ਕਤਾਰ ਪਹਿਲੀ ਹੈ ਵੀਰ ਪੰਜਾਬੀਆਂ ਦੀ। ਸੋ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਪ੍ਰਸਿੱਧ ਕਸਬੇ ਮੁਦਕੀ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਬਹਾਰਾਂ, ਅਤੇ ਪੰਜਾਬ ਐਸੋਸੀਏਸ਼ਨ ਦੇ ਬੈਨਰ ਹੇਠ ਜਿਹੜੇ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਆਪਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸੋ ਪਹਿਲਾ ਜਿਹੜਾ ਮੁਕਾਬਲਾ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਦੇ ਦਰਮਿਆਨ ਪਹਿਲੇ ਪੇਠੇ ਪੁੱਤ ਵਰਗਾ ਮੁਕਾਬਲਾ ਖੇਡਿਆ ਜਾਣਾ। ਸੋ ਦੋਨੋਂ ਟੀਮਾਂ ਨੂੰ ਸਾਡੀ ਬੇਨਤੀ ਹੈ ਵੀ ਜਲਦੀ ਦੇ ਨਾਲ ਜਿਹੜਾ ਤਿਆਰੀ ਫੜ ਕੇ ਖਿਡਾਰੀ ਵੀਰ ਗਰਾਊਂਡਾਂ ਵੱਲ ਨੂੰ ਪੁੱਜਣ ਤਾਂ ਕਿ ਮੁਕਾਬਲੇ ਫਿਰ ਜਿਹੜੇ ਆਪਾਂ ਸਮੇਂ ਸਿਰ ਸ਼ੁਰੂ ਕਰਵਾ ਸਕੀਏ। ਜਿੰਨੀਆਂ ਵੀ ਮਾਣਯੋਗ ਅਤੇ ਸਤਿਕਾਰਯੋਗ ਸ਼ਖਸੀਅਤਾਂ ਸਟੇਜ 'ਤੇ ਬਿਰਾਜਮਾਨ ਨੇ, ਦਰਸ਼ਕ ਵੀਰ ਪੁੱਜੇ ਨੇ, ਸਾਰਿਆਂ ਨੂੰ ਨਿੱਘੀ ਜੀਓ ਆਇਆਂ, ਸਲਾਮੇ ਮੁਹੱਬਤ ਵੈਲਕਮ ਕਹਿੰਦੇ ਹਾਂ। ਜਿੰਨੇ ਵੀ ਸਾਡੇ ਸਤਿਕਾਰਯੋਗ ਚਿਹਰੇ ਨੇ, ਸਾਡੇ ਲਈ ਬੜੇ ਮਾਣਯੋਗ ਨੇ, ਸਾਰਿਆਂ ਨੂੰ ਨਿੱਘੀ ਜੀਓ ਆਇਆਂ। ਨਾਲ ਹੀ ਜਿਹੜਾ ਸਾਡੇ ਪੰਜਾਬ ਫੈਡਰੇਸ਼ਨ ਦੇ ਨੁਮਾਇੰਦੇ ਨੇ ਸਰਦਾਰ ਮੱਖਣ ਸਿੰਘ ਜੀ ਚੜਿੱਕ DP ਸਾਹਿਬ, ਨਾਲ ਸਾਡਾ ਵੀਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲਾ, ਸੁਖਚੈਨ ਸਿੰਘ ਜੀ ਚੈਨਾ ਸਿੱਧਵਾਂ ਵਾਲੇ, ਨਾਲ ਹੀ ਜਿੰਨੇ ਸਾਡੇ ਹੋਰ ਪੰਜਾਬ ਫੈਡਰੇਸ਼ਨ ਵਾਲੇ ਵੀਰ ਪੁੱਜੇ ਨੇ, ਕੋਚਸ ਸਾਹਿਬਾਨ ਪੁੱਜੇ ਨੇ, ਸਾਰਿਆਂ ਨੂੰ ਨਿੱਘੀ ਜੀਓਆਂ ਕਹਿੰਦੇ ਹਾਂ। ਸਾਊਂਡ ਵਾਲੇ ਵੀਰ ਨੂੰ ਬੇਨਤੀ ਵੀ ਥੋੜ੍ਹਾ ਜਿਹਾ ਇਹਦਾ ਬੇਸ ਵਧਾ ਦੇ, ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਵੀ ਥੋੜ੍ਹੀ ਜਿਹੀ ਆਵਾਜ਼ ਖੋਲ੍ਹ ਦੇ ਦੀ। ਧੰਨਵਾਦ ਹੈ ਸਾਡੇ ਵੀਰ ਦਾ, ਸਾਊਂਡ ਵਾਲੇ ਵੀਰ ਦਾ ਵੀ। ਇੱਧਰ ਲੰਡਿਆਂ ਵਾਲੇ ਨੇ ਇੱਟਾਂ ਭੰਨਣੀਆਂ ਛਾਤੀ ਦੇ ਉੱਪਰ ਰੱਖ ਕੇ, ਧੰਨਵਾਦ ਹੈ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ। ਸਾਥੀ ਬੁਲਾਰਿਆਂ ਦਾ ਵੀ ਧੰਨਵਾਦ ਹੈ, ਸਾਡਾ ਵੱਡਾ ਵੀਰ ਸੁਖਾ ਕੜਿਆਲ ਵਾਲਾ, ਨਾਲ ਮੰਦਰ ਮਿਰਜੇਕੇ ਅਤੇ ਬਿੰਦਰ ਮਿਸ਼ਰੀ ਵਾਲਾ। ਸੋ ਸਾਰੇ ਵੀਰਾਂ ਦਾ ਧੰਨਵਾਦ ਹੈ ਜਿੰਨੇ ਕਬੱਡੀ ਦੇ ਅਫੀਸ਼ੀਅਲ ਪੁੱਜੇ ਨੇ, ਸਾਰਿਆਂ ਨੂੰ ਨਿੱਘੀ ਜੀਓ ਆਇਆਂ ਆਖਦੇ ਹਾਂ। ਨਾਲ ਹੀ ਧੰਨਵਾਦ ਹੈ ਸਾਡੇ ਵੀਰ ਕਮਲਜੀਤ ਸੰਧੂ ਹੋਣਾਂ ਦਾ, ਜਿਨ੍ਹਾਂ ਸਦਕਾ ਜਿਹੜਾ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ, ਸਾਡੇ ਵੱਡੇ ਵੀਰ ਨੇ। ਲਓ ਜੀ, ਇੱਧਰ ਲੰਡਿਆਂ ਵਾਲਾ ਜਿਹੜਾ ਛਾਤੀ ਦੇ ਉੱਪਰ ਰੱਖ ਕੇ ਇੱਟਾਂ ਤੋੜ ਰਿਹਾ, ਬਾਅਦ ਦੇ ਵਿੱਚ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਵੀ ਦੇਵੇਗਾ। ਸੋ ਇਹਦਾ ਵੀ ਜਿਹੜਾ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਕਿ ਇੱਧਰ ਜਿਹੜਾ ਇੱਟਾਂ ਛਾਤੀ ਦੇ ਉੱਪਰ ਰੱਖ ਕੇ ਭੰਨੀਆਂ ਜਾ ਰਹੀਆਂ ਨੇ, ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਵੀ ਦੇਵੇਗਾ। ਸੋ ਵੱਧ ਤੋਂ ਵੱਧ ਜਿਹੜਾ ਮਾਣ ਸਨਮਾਨ ਕਰਨਾ। ਬਾਬਾ ਜੀ ਹੋਣਾਂ ਦਾ ਧੰਨਵਾਦ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਵਾਕ ਮੂੰਹ 'ਚੋਂ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ। ਸਾਰੇ ਹੀ ਨੌਜਵਾਨ ਵੀਰਾਂ ਦਾ ਧੰਨਵਾਦ ਹੈ, ਜਿੰਨੇ ਵੀ ਟੂਰਨਾਮੈਂਟ ਕਮੇਟੀ ਵਾਲੇ ਵੀਰ ਨੇ, ਜਿੰਨੇ ਵੀ ਨੌਜਵਾਨ ਵੀਰ ਆਪੋ ਆਪਣੀਆਂ ਡਿਊਟੀਆਂ ਸਾਂਭੀ ਬੈਠੇ ਆ, ਸਾਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਜਲਦੀ ਦੇ ਨਾਲ ਗਰਾਊਂਡਾਂ ਵੱਲ ਆਉਣਗੀਆਂ। ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ। ਉੱਧਰ ਪਸ਼ੂ ਧਨ ਮੇਲੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਮਾਨਿਆ ਸਨਮਾਨਿਆ ਦੋਦਾ ਝੋਟਾ ਸਾਡੇ ਵੀਰ ਲੈ ਕੇ ਆ ਰਹੇ ਆ ਬਾਈ, ਕਬੱਡੀ ਖਿਡਾਰੀ ਨਿੰਮੇ ਮੋਦਕੀ ਵਾਲ ਦਾ ਬਾਈ ਪੁੱਤਾਂ ਦੇ ਵਾਂਗ ਪਾਲਿਆ ਹੋਇਆ ਝੋਟਾ, ਮੁਕਤਸਰ ਫਰੀਦਕੋਟ 55 ਕਿਲੋ ਦੀਆਂ ਦੋਨੋਂ ਟੀਮਾਂ ਜਿਹੜੀਆਂ ਸਟੇਜ ਦੇ ਲਾਗੇ ਪੁੱਜਣ ਤਾਂ ਕਿ ਜਿਹੜੇ ਮਾਣ ਸਨਮਾਨ ਉਹਨਾਂ ਨੂੰ ਦਿੱਤੇ ਜਾ ਸਕਣ। ਉੱਧਰ ਧੰਨਵਾਦ ਹੈ ਗੁਰਜੀਤ ਸਿੰਘ ਜੀ ਸਾਬਕਾ ਸਰਪੰਚ ਮਿਰਜੇ ਕੇ 1100 ਰੁਪਈਆ ਉਹਨਾਂ ਵੱਲੋਂ ਪੁੱਜਿਆ, ਚੰਨਣ ਸਿੰਘ ਜੀ ਸਰਪੰਚ ਕਮੱਗਰਾਂ ਵਾਲੇ ਉਹਨਾਂ ਵੱਲੋਂ ਵੀ 1100 ਪੁੱਜਿਆ।
हीरा गिल जी हरियाणे वाले जिन्हों वालों जो 55 किलो का पहला प्राइज अज के इस खेड मेले का दिता जाना है उन्हों का भी धन्यवाद है। पहला तो दूजा प्राइज हीरा गिल जी हरियाणे वाले उन्हों का भी धन्यवाद है दानी सजना का जिन्हों वालों जो पहला प्राइज कबड्डी 55 किलो का दिता जाना। इधर जिन्हें भी पंजाब कबड्डी एसोसीएशन के जेड़े साडे नुमाइंदे पुज्जे ਸਰਕਣ ਸਿੰਘ ਜੀ ਡੀਪੀ ਸਾਹਿਬ ਉਹਨਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਹੈ। ਹਾਂਜੀ ਸਰਜੈਨ ਬਰਾੜ ਜਿੱਥੇ ਪਹਿਲਾ ਮੈਚ ਮੀਰੀ ਪੀਰੀ ਕਪੂਰਥਲਾ ਵਰਸਜ ਚੜ੍ਹਦੀ ਕਲਾ ਜਲੰਧਰ ਦਾ ਖੇਡਿਆ ਜਾਣਾ ਉੱਥੇ ਦੂਜਾ ਮੁਕਾਬਲਾ ਅਕੈਡਮੀਆਂ ਦਾ ਅਮਨ ਅੰਬੀ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਵਰਸਜ ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਉਂ ਦਾ ਖੇਡਿਆ ਜਾਵੇਗਾ। ਤੀਜਾ ਮੈਚ ਮਾਝਾ ਖਾਲਸਾ ਕਲੱਬ ਜਲੰਧਰ ਵਰਸਜ ਰਾੜਾ ਸਾਹਿਬ। ਚੌਥਾ ਮੁਕਾਬਲਾ ਯਾਦ ਕਬੱਡੀ ਕਲੱਬ ਘੱਲ ਕਲਾਂ ਤੇ ਦਸ਼ਮੇਸ਼ ਕਬੱਡੀ ਕਲੱਬ ਕਾਲਖੇ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ। ਦੋਨੋਂ ਟੀਮਾਂ ਜਿਹੜੀਆਂ ਕਬੱਡੀ 55 ਕਿਲੋ ਵਾਲੀਆਂ ਸਟੇਜ ਦੇ ਲਾ ਕੇ ਪੁੱਜਣ ਕਿਉਂਕਿ ਇਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣੇ ਹੈ ਵਿਨਰ ਤੇ ਰਨਰ ਅਪ। ਦੋਨੋਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਸਟੇਜ ਦੇ ਲਾ ਕੇ ਪੁੱਜਣ। ਅਸੀਂ ਬੇਨਤੀ ਕਰਾਂਗੇ ਕਬੱਡੀ 55 ਕਿਲੋ ਭਾਰ ਦੀ ਫਸਟ ਤੇ ਸੈਕਿੰਡ ਟੀਮਾਂ ਦੇ ਪ੍ਰਤੀ ਦੋਨੋਂ ਟੀਮਾਂ ਆ ਕੇ ਸਟੇਜ ਤੋਂ ਆਪਣਾ ਮਾਣ ਸਨਮਾਨ ਲੈ ਲੈਣ। ਫਸਟ ਤੇ ਸੈਕਿੰਡ ਟੀਮਾਂ ਕਬੱਡੀ 55 ਕਿਲੋ ਮੁੱਦਕੀ ਫਸਟ ਕੋਕਰੀ ਹੀਰਾ ਸੈਕਿੰਡ। ਇਹ ਸਰਜੀਤ ਸਿੰਘ ਜੀ ਬਰਾੜ ਸਾਹਿਬ ਦੋਨੇ ਟੀਮਾਂ ਵਧਾਈ ਦੇ ਪਾਤਰ ਰਹੀਆਂ ਜੀ। ਪਵਿੱਤਰ ਜੀ ਸਰਦਾਰ ਜਗਿੰਦਰ ਸਿੰਘ ਜੀ ਕਰਸੀ ਸਾਹਿਬ ਕਲੱਬ ਪ੍ਰਧਾਨ ਉਹਨਾਂ ਦੇ ਨਾਲ ਸਾਡਾ ਵੀਰ ਬਾਈ ਸਰਦਾਰ ਬੋਰ ਸਿੰਘ ਜੀ ਕਬੱਡੀ ਖਿਡਾਰੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਤਿਕਾਰਯੋਗ ਸਾਡੇ ਵੀਰ ਜਿਹੜੇ ਸਾਰੇ ਇਸ ਸਨਮਾਨ ਦੀ ਰਸਮ ਦੇ ਵਿੱਚ ਸ਼ਾਮਿਲ ਹੋਣਗੇ। ਆਓ ਜੀ ਮੈਂ ਬੇਨਤੀ ਕਰਦਾ ਮੁੱਦਕੀ ਵਰਸਜ ਕੋਕਰੀ ਹੀਰਾ ਜੀ ਸਾਜਨ ਆ ਕੇ ਸਨਮਾਨ ਜਿਹੜਾ ਪ੍ਰਾਪਤ ਕਰ ਲਓ ਜੀ। ਦੋਨੋਂ ਟੀਮਾਂ ਜਿਹੜੀਆਂ ਮਾਣ ਸਨਮਾਨ ਲੈਣਗੀਆਂ ਕਬੱਡੀ 55 ਕਿਲੋ ਦੀਆਂ। ਮੁੱਦਕੀ ਫਸਟ ਆ ਵਿੰਦਰ? ਹਾਂਜੀ ਹਾਂਜੀ, ਮੇਜ਼ਬਾਨ ਟੀਮ ਮੁੱਦਕੀ ਦੀ ਟੀਮ ਆ ਜਿਹੜੀ ਇਸ ਖੇਡ ਵੇਲੇ ਦੀ ਫਸਟ ਰਹੀ ਹੈ ਟੀਮ ਹੈ। ਤੇ ਸੈਕਿੰਡ ਟੀਮ ਜਿਹੜੀ ਕੋਕਰੀ ਹੇਰਾ ਪਿੰਡ ਦੀ ਆ ਉਹ ਵੀ ਜਲਦੀ ਦੇ ਨਾਲ ਨੇੜੇ ਪੁੱਜੇ ਤਾਂ ਕਿ ਜਿਹੜਾ ਇਹਨਾਂ ਦੇ ਮਾਣ ਸਨਮਾਨ ਪਹਿਲਾ ਤੇ ਦੂਜਾ ਪ੍ਰਾਈਜ਼ ਆ ਉਹ ਦਿੱਤੇ ਜਾ ਸਕਣ। ਇੱਧਰ ਸਾਡੇ ਲਕਸ਼ਮਣ ਘਾਲੀ ਜੀ ਪ੍ਰਸਿੱਧ ਕਬੱਡੀ ਦੇ ਖਿਡਾਰੀ ਆਪਣੇ ਸਮੇਂ ਦੇ ਹੂਟਰ ਤੇ ਵੱਡੀਆਂ ਡਿਊਟੀਆਂ ਨੇ ਉਹ ਵੀ ਪੁੱਜ ਚੁੱਕੇ ਨੇ। ਗੁਰਪ੍ਰੀਤ ਸਿੱਧੂ ਹੁਣੀ ਪੁੱਜ ਗਏ ਆ WWW ਕਬੱਡੀ 365.com ਤੋਂ ਸਾਡੇ ਬੜੇ ਪਿਆਰੇ ਮਿੱਤਰ ਨੇ ਉਹਨਾਂ ਨੂੰ ਵੀ ਨਿੱਘੀ ਜਿਉਆ ਕਹਿੰਦੇ ਆ। ਨਾਲ ਹੀ ਜਿੰਨੇ ਵੀ ਸਤਿਕਾਰਯੋਗ ਤੇ ਮਾਣਯੋਗ ਚਿਹਰੇ ਇੱਥੇ ਬਿਰਾਜਮਾਨ ਨੇ ਸਾਰਿਆਂ ਨੂੰ ਅਸੀਂ ਨਿੱਘੀ ਜਿਉਆ ਕਹਿੰਦੇ ਆ। ਪਹਿਲਾ ਜਿਹੜਾ ਮੁਕਾਬਲਾ ਕਬੱਡੀ ਮੀਰੀ ਪੀਰੀ ਕਲੱਬ ਕਪੂਰਥਲਾ ਤੇ ਚੜ੍ਹਦੀ ਕਲਾ ਕਲੱਬ ਜਲੰਧਰ ਦੇ ਦਰਮਿਆਨ ਖੇਡਿਆ ਜਾਣਾ। ਸੋ ਦੋਨੋਂ ਟੀਮਾਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ। ਮੀਰੀ ਪੀਰੀ ਕਪੂਰਥਲਾ ਤੇ ਚੜ੍ਹਦੀ ਕਲਾ ਜਲੰਧਰ ਦੀਆਂ ਟੀਮਾਂ। ਉਸ ਤੋਂ ਅਗਲਾ ਮੁਕਾਬਲਾ ਜਿਹੜਾ ਅੰਬੀ ਅਠੂਰ ਮੋਗਾ ਤੇ ਹਰਜੀਤ ਤਲਵਾਰ ਕਲੱਬ ਜਗਰਾਓਂ ਦੇ ਦਰਮਿਆਨ ਖੇਡਿਆ ਜਾਣਾ। ਇਹ ਵੀ ਜਿਹੜਾ ਬੜਾ ਕਾਂਟੇਦਾਰ ਮੁਕਾਬਲਾ ਹੋਵੇਗਾ ਦੋਨੋਂ ਟੀਮਾਂ ਦੇ ਦਰਮਿਆਨ। ਸੋ ਪਹਿਲੇ ਮੁਕਾਬਲੇ ਦੀਆਂ ਟੀਮਾਂ ਮੀਰੀ ਪੀਰੀ ਕਪੂਰਥਲਾ ਤੇ ਚੜ੍ਹਦੀ ਕਲਾ ਜਲੰਧਰ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ ਤਿਆਰੀ ਕਰਕੇ ਖਿਡਾਰੀ ਵੀਰ। ਉੱਧਰ 55 ਕਿਲੋ ਦੇ ਜਿਹੜੇ ਮਾਣ ਸਨਮਾਨ ਤਕਸੀਮ ਕੀਤੇ ਜਾ ਰਹੇ ਆ। ਪਹਿਲਾ ਪ੍ਰਾਈਜ਼ ਜਿਹੜੀ ਮੇਜ਼ਬਾਨ ਟੀਮ ਹੈ ਮੁੱਦਕੀ ਦੀ ਟੀਮ ਨੇ ਜਿੱਤਿਆ ਤੇ ਸੈਕਿੰਡ ਪ੍ਰਾਈਜ਼ ਜਿਹੜਾ ਕੋਕਰੀ ਹੇਰਾਂ ਦੇ ਹਿੱਸੇ ਦੇ ਵਿੱਚ ਆਇਆ। ਸਾਡੇ ਬਹੁਤ ਹੀ ਮਾਣਯੋਗ ਤੇ ਸਤਿਕਾਰਯੋਗ ਸੱਜਣ ਇਹਨਾਂ ਟੀਮਾਂ ਨੂੰ ਜਿਹੜਾ ਮਾਣ ਸਨਮਾਨ ਤਕਸੀਮ ਕਰਦੇ ਹੋਏ। ਕੋਕਰੀ ਹੇਰਾਂ ਨੂੰ ਸਾਡਾ ਸੱਦਾ। 55 ਕਿਲੋ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਉਹ ਆਪਣਾ ਮਾਣ ਸਨਮਾਨ ਲੈ ਲੈਣ ਹੁਣ, ਨਹੀਂ ਤਾਂ ਫਿਰ ਉਹ ਕਹਿੰਦੇ ਵੀ ਸ਼ਾਮ ਨੂੰ ਦਿੱਤਾ ਜਾਊਗਾ ਮਾਣ ਸਨਮਾਨ। ਜਿੱਥੇ ਵੀ ਆਵਾਜ਼ ਨੂੰ ਸੁਣਦੇ ਆ ਕਬੱਡੀ 55 ਕਿਲੋ ਵਾਲੇ ਉਹ ਆਪਣਾ ਮਾਣ ਸਨਮਾਨ ਲੈ ਲੈਣ, ਨਹੀਂ ਤਾਂ ਪ੍ਰਬੰਧਕ ਕਹਿੰਦੇ ਵੀ ਫਿਰ ਸ਼ਾਮ ਨੂੰ ਦਿੱਤਾ ਜਾਣਾ ਕਿਉਂਕਿ ਫਿਰ ਉਹਨਾਂ ਜਰ ਤੁਹਾਨੂੰ ਉਡੀਕਣਾ ਪੈਣਾ। ਹੁਣ ਅਸੀਂ ਬਾਜ਼ਾ ਮਾਰਦੇ ਹਾਂ ਫਿਰ ਬਾਅਦ 'ਚ ਤੁਸੀਂ ਕਹਿਣਾ ਵੀ ਸਾਨੂੰ ਛੇਤੀ ਤੋਰੋ। ਮੀਰੀ ਪੀਰੀ ਕਲੱਬ ਕਪੂਰਥਲਾ ਤੇ ਚੜ੍ਹਦੀ ਕਲਾ ਕਲੱਬ ਜਲੰਧਰ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ। ਸਰਦਾਰ ਚੰਨਣ ਸਿੰਘ ਜੀ ਸਰਪੰਚ ਕਮੱਗਰਾਂ ਵਾਲੇ ਜਿਨ੍ਹਾਂ ਵੱਲੋਂ 1100 ਰੁਪਏ ਦੀ ਸਾਨੂੰ ਸਹਾਇਤਾ ਰਾਸ਼ੀ ਪੁੱਜੀ ਆ ਉਹ ਵੀ ਸਾਡੇ ਦਰਮਿਆਨ ਹੁਣੇ ਹੁਣੇ ਇੱਥੇ ਪੁੱਜੇ ਆ। ਨਿੱਘੀ ਜਿਉਂ ਅਸੀਂ ਆਪਣੇ ਵੱਲੋਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਕਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਆ ਜੀ। ਇੱਧਰ ਲਾਈਵ ਆ ਜਿਹੜਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਜਿਹੜਾ ਕੰਟਰੀ ਦੇ ਵਿੱਚ ਬੈਠੇ ਕਬੱਡੀ 365.com ਦੇ ਜ਼ਰੀਏ ਅੱਜ ਦੇ ਇਸ ਖੇਡ ਮੇਲੇ ਨੂੰ ਤੁਸੀਂ ਲਾਈਵ ਦੇਖ ਸਕਦੇ ਹੋ WWW ਕਬੱਡੀ 365.com ਲਾਈਵ ਦੇ ਜ਼ਰੀਏ। ਔਰ ਇੱਧਰ ਜਿਹੜਾ ਸੈਕਿੰਡ ਪ੍ਰਾਈਜ਼ ਹੁਣ ਦਿੱਤਾ ਜਾਣਾ। ਕੋਕਰੀ ਹੇਰਾਂ ਵਾਲੇ ਆ ਗਏ ਹੋ? ਕੋਕਰੀ ਹੇਰਾਂ ਦੀ ਟੀਮ, ਸ਼ਾਬਾਸ਼। ਇੱਧਰ ਝੋਟਾ ਵੀ ਪੁੱਜ ਗਿਆ ਨੀਲੀ ਰਾਵੀ ਦਾ ਚੈਂਪੀਅਨਸ਼ਿਪ ਦਾ ਜਿਹੜਾ ਵਿਨਰ ਹੈ। ਵੇਖੋ ਦਰਸ਼ਨੀ ਜਿਹੜਾ ਝੋਟਾ ਬਿਲਕੁਲ ਗਰਾਊਂਡ ਦਾ ਚੱਕਰ ਕਢਵਾਇਆ ਜਾ ਰਿਹਾ। ਲੈ ਵੀ 365 ਵਾਲਿਆ ਝੋਟੇ ਦੀ ਵੀ ਫੋਟੋ ਖਿੱਚ ਲਈ ਕਿਉਂਕਿ
ਜਿਹੜੇ ਸ਼ੌਂਕ ਨੇ ਪੰਜਾਬੀਆਂ ਦੇ। ਫਰੀਦਕੋਟ ਮੁਕਤਸਰ ਦੀ ਮਾਘੀ ਦਾ ਤੇ ਫਿਰੋਜ਼ਪੁਰ ਦਾ ਤਿੰਨ ਜਿਹੜਾ ਖੇਡ ਮੇਲਿਆਂ ਦਾ ਜੇਤੂ ਇਹ ਝੋਟਾ ਆਪਣੇ ਦਰਮਿਆਨ ਨੀਲੀ ਰਾਵੀ ਦਾ ਜਿਹੜਾ ਪੁੱਜਿਆ ਹੋਇਆ ਦਰਸ਼ਨੀ ਜਿਹੜਾ ਜਾਨਵਰ ਹੈ। ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰਾਂ ਨੂੰ ਕਿ ਇੱਦਾਂ ਦੇ ਸ਼ੌਂਕ ਆ ਜਿਹੜੇ ਪਾਲਦੇ ਰਹਿਣ। ਉੱਧਰ 365 ਵਾਲੇ ਯਾਰਾਂ ਦਾ ਵੀ ਧੰਨਵਾਦ ਹੈ, ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਨੇ ਗੁਰਪ੍ਰੀਤ ਹੋਣੀ, ਰਾਣੀ ਹੋਣੀ, ਸਾਰਿਆਂ ਦਾ ਨਿੱਘੀ ਜਿਉਂਆਂ ਕਹਿੰਦੇ ਹੈ। ਆਓ ਜੀ ਕਬੱਡੀ ਅਕੈਡਮੀਆਂ ਦੇ ਪਹਿਲੇ ਮੁਕਾਬਲੇ ਦੀਆਂ ਟੀਮਾਂ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ। ਜਲਦੀ ਦੇ ਨਾਲ ਆਵਾਜ਼ ਨੂੰ ਸੁਣਦੇ ਹੋਏ ਕਿਉਂਕਿ ਕਾਫੀ ਦੇਰ ਹੋ ਗਈ ਆਵਾਜ਼ਾਂ ਮਾਰਦਿਆਂ ਨੂੰ, ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ। ਹੈਲੋ, ਉੱਧਰ ਸਾਡੀ ਮਿੱਤਰਾਂ ਦੀ ਦੁਨੀਆ ਦੇ ਵਿੱਚ ਬਾਈ ਰੁਪਿੰਦਰ ਸਿੰਘ ਜੀ ਸਰਪੰਚ ਸਲਿਆਣੀ ਕਬੱਡੀ ਖਿਡਾਰੀ ਨਾਲ ਹਰਗਣ ਸਲਿਆਣੀ ਸਾਡਾ ਵੀਰ ਪੁੱਜਿਆ, ਧੰਨਵਾਦ ਕਰਦੇ ਜੀ ਆਖਦੇ ਹਾਂ। ਲਓ ਜੀ ਪਸ਼ੂ ਧਨ ਮੇਲੇ ਦਾ ਬਾਈ ਸਖਚੈਨ, ਅਨੇਕਾਂ ਮੇਲਿਆਂ ਦਾ ਵਿਨਰ, ਇਹ ਦੋਦਾ ਝੋਟਾ ਜਿਹੜਾ ਸਾਡੇ ਵੀਰ ਬਾਈ ਨਿੰਮੇ ਕਬੱਡੀ ਖਿਡਾਰੀ ਦਾ ਪੁੱਤਾਂ ਦੇ ਵਾਂਗ ਪਾਲਿਆ ਹੋਇਆ, ਇਸ ਵੇਲੇ ਗਰਾਊਂਡ ਦਾ ਚੱਕਰ ਲਾ ਰਹੇ ਜਿੱਥੋਂ ਜਿੱਥੋਂ ਦੀ ਲੰਘਦਾ। ਬਾਈ ਜੀ ਤਾੜੀ ਮਾਰ ਦਿਓ ਸਾਡੇ ਵੀਰਾਂ ਦੇ ਨਾਂ 'ਤੇ, ਦੋਦਾ ਝੋਟਾ ਇਸ ਵੇਲੇ। ਬਾਈ ਜੀ ਦੇਖੀ ਪਿਆਰ ਨਾ ਬਾਈ, ਡਰਾ ਨਾ, ਪਿਆਰ ਨਾ, ਕੋਈ ਗੱਲ ਨਹੀਂ, ਹੌਲੀ ਹੌਲੀ ਬਾਈ ਜੀ ਬਾਹਰ ਕਰ ਲਓ ਵੀਰੇ। ਬਹੁਤ ਬਹੁਤ ਧੰਨਵਾਦ ਕਰਦੇ ਇਸ ਵੇਲੇ ਅਨੇਕਾਂ ਮੇਲਿਆਂ ਦਾ ਸ਼ਿੰਗਾਰ ਪਸ਼ੂ ਧਨ ਮੇਲੇ ਦੇ ਵਿੱਚ ਅਨੇਕਾਂ ਮਾਨਾਂ ਦੇ ਨਾਲ ਸਨਮਾਨਿਆ ਗਿਆ ਝੋਟਾ। ਇਸ ਵੇਲੇ ਸਾਡੇ ਵੀਰ ਜਿਹੜੇ ਗਰਾਊਂਡ ਦੇ ਵਿੱਚ ਦਰਸ਼ਕ ਵੀਰਾਂ ਨੂੰ ਇਹਦੇ ਦਰਸ਼ਨ ਕਰਵਾ ਰਹੇ ਆ, ਬਹੁਤ ਬਹੁਤ ਧੰਨਵਾਦ ਕਰਦੇ ਬਾਈ ਜੀ। ਹਾਂਜੀ ਵੀਰ ਜੀ, ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ। ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਦੀਆਂ ਟੀਮਾਂ ਨੂੰ ਅਸੀਂ ਕਾਫੀ ਦੇਰ ਤੋਂ ਆਵਾਜ਼ਾਂ ਮਾਰੀ ਜਾਂਦੇ ਹਾਂ, ਸੋ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੋਨੋਂ ਟੀਮਾਂ ਜਲਦੀ ਦੇ ਨਾਲ ਗਰਾਊਂਡੇ ਵੱਲ ਪੁੱਜਣ। ਦੁਆਬੇ ਦੀਆਂ ਦੋਨੋਂ ਟੀਮਾਂ ਨੇ, ਬੜੀਆਂ ਵਧੀਆ ਟੀਮਾਂ ਨੇ। ਇੱਕ ਦੀ ਜਿਹੜੀ ਨੁਮਾਇੰਦਗੀ ਆ ਸਰਦਾਰ ਮੱਖਣ ਸਿੰਘ ਜੀ ਧਾਲੀਵਾਲ ਹੋਣੀ ਕਬੱਡੀ ਦੇ ਪ੍ਰਸਿੱਧ ਕੋਚ ਨੇ, ਅਤੇ ਦੂਸਰੇ ਪਾਸੇ ਟੀਮ ਆ ਜਿਹੜੀ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਆ, ਨਾਲ ਹੀ ਅੰਬੀ ਟੂਰ ਕਲੱਬ ਸਰਦਾਰ ਮੱਖਣ ਸਿੰਘ ਜੀ ਡੀਪੀ ਚੜਿੱਕ ਉਹਨਾਂ ਦੀ ਟੀਮ ਆ, ਅਤੇ ਹਰਜੀਤ ਤਲਵਾਰ ਕਲੱਬ ਜਗਰਾਓਂ ਦੀ ਟੀਮ ਆ, ਜਿਹੜੀ ਸੁਖਚੈਨ ਸਿੰਘ ਜੀ ਚੈਨੇ ਸਿੱਧਵਾਂ ਵਾਲਿਆਂ ਦੀ ਟੀਮ ਹੈ, ਉਹ ਵੀ ਜਿਹੜੀਆਂ ਟੀਮਾਂ ਤਿਆਰੀ ਫੜਨਗੀਆਂ। ਦੂਜਾ ਮੁਕਾਬਲਾ ਉਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ। ਪਹਿਲੇ ਮੁਕਾਬਲੇ ਦੀਆਂ ਟੀਮਾਂ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ। ਆਓ ਜੀ ਜਲਦੀ ਦੇ ਨਾਲ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ, ਇਹ ਟੀਮਾਂ ਗਰਾਊਂਡ ਦੇ ਵਿੱਚ ਐਂਟਰੀ ਕਰਨ ਜਲਦੀ ਨਾਲ। ਖਿਡਾਰੀ ਵੀਰੇ ਪਹਿਲਾਂ ਵੀ ਦੱਸਿਆ, ਕੋਚ ਸਾਹਿਬਾਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ, ਜੇਕਰ ਖਿਡਾਰੀ ਸਮੇਂ ਦੀ ਨਿਆਗਤ ਨੂੰ ਨਾ ਸਮਝਣਗੇ, ਟੀਮਾਂ ਲੇਟ ਆਉਣਗੀਆਂ, ਤਾਂ ਉਹਨਾਂ ਦੇ ਪਾਰਟੀ ਸਪੇਟ ਦੇ ਵਿੱਚੋਂ ਪੈਸੇ ਜਿਹੜੇ ਉਹਨਾਂ ਦੀ ਕਟੌਤੀ ਕੀਤੀ ਜਾਵੇਗੀ। ਆਓ ਜੀ ਜ਼ਿਲ੍ਹਾ ਕਪੂਰਥਲਾ ਵਰਸਦ ਚੜ੍ਹਦੀ ਕਲਾ ਕਲੱਬ ਜਲੰਧਰ, ਜਲਦੀ ਤੋਂ ਜਲਦੀ ਦੋਨੇ ਟੀਮਾਂ ਮੈਦਾਨ ਦੇ ਵਿੱਚ ਆ ਜਾਓ ਖਿਡਾਰੀ ਵੀਰੋ। ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ। ਅੰਬੀ ਟੂਰ ਕਲੱਬ ਅਤੇ ਹਰਜੀਤ ਤਲਵਾਰ ਕਲੱਬ ਜਗਰਾਓਂ ਦਾ ਦੂਜਾ ਮੁਕਾਬਲਾ ਹੋਵੇਗਾ ਦਰਸ਼ਕ ਵੀਰੋ। ਤੀਜਾ ਜਿਹੜਾ ਮੁਕਾਬਲਾ ਮਾਝਾ ਕਲੱਬ ਜਲੰਧਰ ਅਤੇ ਰਾੜਾ ਸਾਹਿਬ ਦਾ ਖੇਡਿਆ ਜਾਣਾ, ਔਰ ਚੌਥਾ ਜਿਹੜਾ ਮੁਕਾਬਲਾ ਆਜ਼ਾਦ ਕਲੱਬ ਘੱਲ ਕਲਾਂ ਸਾਡੇ ਵੀਰ ਟੋਨੇ ਹੋਣਾਂ ਦੀ ਟੀਮ ਹੈ, ਕਾਬਲ ਗਿੱਲ ਹੋਣਾਂ ਦੀ, ਉਹਦਾ ਜਿਹੜਾ ਮੁਕਾਬਲਾ ਦਸ਼ਮੇਸ਼ ਕਲੱਬ ਕਾਲਖ ਦੇ ਨਾਲ ਹੋਵੇਗਾ। ਸੋ ਇਹ 8 ਅਕੈਡਮੀਆਂ ਜਿਹੜੀਆਂ ਆਪਣੇ ਦਰਮਿਆਨ ਪੁੱਜੀਆਂ ਨੇ, ਇਹਨਾਂ ਦੇ ਜਿੰਨੇ ਵੀ ਮੈਨੇਜਰ ਸਾਹਿਬ ਜਾਂ ਕੋਚ ਸਾਹਿਬਾਨ ਟੀਮਾਂ ਲੈ ਕੇ ਪੁੱਜੇ ਨੇ, ਆਪਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਨਿੱਘੀ ਜੀਓ ਆਇਆਂ ਕਹਿੰਦੇ ਹਾਂ। ਸੋ ਪਹਿਲੇ ਮੁਕਾਬਲੇ ਦੀਆਂ ਟੀਮਾਂ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ, ਦਰਸ਼ਕ ਵੀਰਾਂ ਦੀ ਜਿਹੜੀ ਅਹਿਮੀਅਤ ਨੂੰ ਸਮਝਦੇ ਹੋਏ ਸਮੇਂ ਦੇ ਨਾਲ ਗਰਾਊਂਡਾਂ ਵੱਲ ਪੁੱਜਣ, ਕਿਉਂਕਿ ਦਰਸ਼ਕ ਵੀਰ ਆ ਜਿਹੜੇ ਕਿਸੇ ਵੀ ਖੇਡ ਮੇਲੇ ਦੀ ਜਿੰਦ ਜਾਨ ਹੁੰਦੇ ਆ, ਕਿਉਂਕਿ ਮੇਲੇ ਜਿਹੜੇ ਆ ਉਹ ਦਰਸ਼ਕਾਂ ਦੇ ਨਾਲ ਹੀ ਸੋਹਦੇ ਆ, ਕਿਉਂਕਿ ਦਰਸ਼ਕਾਂ ਲਈ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਦੁਨੀਆ ਕਰਦੀ ਮੇਲਾ ਮੇਲਾ, ਇੱਥੇ ਕੋਈ ਨਾ ਦਿਸਦਾ ਵਿਹਲਾ, ਪਰ ਕੁਝ ਨਾ ਕੁਝ ਪਾਉਣ ਲਈ ਕੁਝ ਛੱਡਣਾ ਪੈਂਦਾ ਏ, ਕਿਹਦੇ ਕੋਲ ਅੱਜ ਕੱਲ੍ਹ ਟਾਈਮ, ਟਾਈਮ ਤਾਂ ਕੱਢਣਾ ਪੈਂਦਾ ਏ, ਕਿਹਦੇ ਕੋਲ ਅੱਜ ਕੱਲ੍ਹ ਟਾਈਮ, ਟਾਈਮ ਤਾਂ ਕੱਢਣਾ ਪੈਂਦਾ ਏ। ਸੋ ਦਰਸ਼ਕ ਵੀਰ ਜਿੰਨੇ ਵੀ ਪੁੱਜੇ ਨੇ ਮਾਂ ਖੇਡ ਕਬੱਡੀ ਦੇ ਇਹਨਾਂ ਮੈਚਾਂ ਨੂੰ ਤੱਕਣ ਦੇ ਲਈ, ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਨਿੱਘੀ ਜਿਵੇਂ ਕਹਿੰਦੇ ਹਾਂ, ਕਿਉਂਕਿ ਮਾਰਚ ਦਾ ਮਹੀਨਾ ਜਿਹੜਾ ਗਰਮੀ ਵੀ ਹੁਣ ਕਾਫੀ ਹੋ ਗਈ ਹੈ, ਸਾਰੇ ਹੀ ਦਰਸ਼ਕ ਵੀਰਾਂ ਦਾ ਧੰਨਵਾਦ ਹੈ। ਜਿੰਨੀਆਂ ਵੀ ਅਕੈਡਮੀਆਂ ਦੇ ਕੋਚ ਸਾਹਿਬਾਨ ਸਾਡੇ ਕੋਲ ਪੁੱਜੇ ਹੈ, ਪਹਿਲਾਂ ਤਾਂ ਸਾਰਿਆਂ ਦਾ ਇੱਥੇ ਆਉਣ 'ਤੇ ਧੰਨਵਾਦ ਹੈ, ਸਾਰਿਆਂ ਨੂੰ ਅਸੀਂ ਬਾਬਾ ਜੀ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ।
ਹੁਣ ਮੈਨੂੰ ਲੱਗਦਾ ਵੀ ਕਾਫੀ ਸਮਾਂ ਹੋ ਗਿਆ ਸਾਨੂੰ ਆਵਾਜ਼ਾਂ ਮਾਰਦਿਆਂ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਉਹਨਾਂ ਦੇ ਕੋਚ ਸਾਹਿਬਾਂ ਨੋਟ ਕਰ ਲੈਣ ਵੀ ਹੁਣ ਜਿੰਨੇ ਮਿੰਟ ਟੀਮ ਲੇਟ ਆਊਗੀ ਉਦੋਂ ਬਾਅਦ ਫਿਰ ਜਿਵੇਂ ਮੱਖਣ ਚੜਿੱਕ ਜੀ ਕਹਿੰਦੇ ਹੁੰਦੇ ਆ ਵੀ 1000 ਰੁਪਈਆ ਮਿੰਟ ਦਾ ਕੱਟ ਲੈਣਾ ਅਸੀਂ ਇਹ ਨੋਟ ਕਰ ਲੈਣ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੋਨੇ ਅਕੈਡਮੀਆਂ ਜਿਹੜੀਆਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ ਫਿਰ ਬਾਅਦ ਦੇ ਵਿੱਚ ਜਦੋਂ ਪ੍ਰਬੰਧਕ ਵੀਰਾਂ ਨੇ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਫਿਰ ਬਾਅਦ ਦੇ ਵਿੱਚ ਕੋਈ ਵੀ ਅਕੈਡਮੀ ਜਿਹੜੀ ਉਹਦੇ 'ਤੇ ਗੁੱਸਾ ਨਾ ਕਰੇ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੋਨੇ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਦਰਸ਼ਕ ਵੀਰ ਜਿਹੜੇ ਵੱਡੀ ਤਾਦਾਦ ਦੇ ਵਿੱਚ ਪਹੁੰਚ ਰਹੇ ਹੈ ਸਭ ਤੋਂ ਵੱਡੀ ਦੇਣ ਇਹਨਾਂ ਦੀ ਆ ਕਬੱਡੀ ਨੂੰ ਜੇ ਅੱਜ ਇੱਥੋਂ ਤੀਕਰ ਕਬੱਡੀ ਪਹੁੰਚੀ ਹੈ ਤਾਂ ਦਰਸ਼ਕਾਂ ਦੇ ਕਰਕੇ ਪਹੁੰਚੀ ਹੈ ਨਹੀਂ ਤਾਂ ਕਬੱਡੀ ਨੂੰ ਕੋਈ ਪੁੱਛਦਾ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਤੁਸੀਂ ਪੁੱਜਦੇ ਹੋ ਕਬੱਡੀ ਨੂੰ ਪਿਆਰ ਕਰਦੇ ਹੋ ਇੱਥੋਂ ਤੀਕਰ ਕਬੱਡੀ ਪਹੁੰਚਦੀ ਹੈ ਜਲਦੀ ਤੋਂ ਜਲਦੀ ਮੱਖਣ ਡੀ ਪੀ ਜੀ ਮੇਰੀ ਬੇਨਤੀ ਹੈ ਹੱਥ ਬੰਨ ਕੇ ਵੀ ਹੁਣ ਦਰਸ਼ਕਾਂ ਤੋਂ ਬਾਹਲਾ ਲੰਮਾ ਸਮਾਂ ਇੰਤਜ਼ਾਰ ਨਹੀਂ ਹੋ ਰਿਹਾ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੋਨੇ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਆ ਜਾਣ ਅੰਬੀ ਹਠੂਰ ਕਲੱਬ ਮੋਗਾ ਅਤੇ ਹਰਜੀਤ ਤਲਵਾਰ ਜਗਰਾਓਂ ਦਾ ਦੂਜਾ ਮੁਕਾਬਲਾ ਖੇਡਿਆ ਜਾਣਾ ਇਹ ਵੀ ਟੀਮਾਂ ਜਿਹੜੀਆਂ ਤਿਆਰੀ ਦੇ ਵਿੱਚ ਰਹਿਣਗੀਆਂ ਅੰਬੀ ਐਂਡ ਅਮਨ ਹਠੂਰ ਕਲੱਬ ਮੋਗਾ ਵਰਸਜ ਹਰਜੀਤ ਤਲਵਾਰ ਕਲੱਬ ਜਗਰਾਓਂ ਦਾ ਦੂਜਾ ਮੁਕਾਬਲਾ ਖੇਡਿਆ ਜਾਣਾ ਇਹ ਵੀ ਟੀਮਾਂ ਜਿਹੜੀਆਂ ਤਿਆਰੀ ਦੇ ਵਿੱਚ ਰਹਿਣਗੀਆਂ ਉਸ ਤੋਂ ਪਹਿਲਾਂ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਪਹਿਲੇ ਪਲੇਠੇ ਪੁੱਤ ਵਰਗਾ ਜਿਹੜਾ ਮੁਕਾਬਲਾ ਖੇਡਿਆ ਜਾਣਾ ਸੋ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿਉਂਕਿ ਦਰਸ਼ਕ ਵੀਰ ਆ ਜਿਹੜੇ ਇਹਨਾਂ ਦਾ ਕੋਈ ਕਸੂਰ ਨਹੀਂ ਧੁੱਪ ਦੇ ਵਿੱਚ ਬੈਠੇ ਤੁਹਾਡੇ ਮੈਚਾਂ ਨੂੰ ਦੇਖਣ ਦੇ ਲਈ ਆਉਂਦੇ ਆ ਸੋ ਤੁਸੀਂ ਵੀ ਜਿਹੜਾ ਇਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੇਰੇ ਵੀਰ ਸਮੇਂ ਸਿਰ ਗਰਾਊਂਡਾਂ ਵੱਲ ਆ ਜਾਇਆ ਕਰੋ ਕਿਉਂਕਿ ਕਾਫੀ ਦੇਰ ਦੇ ਅਸੀਂ ਆਵਾਜ਼ਾਂ ਮਾਰੀ ਜਾਂਦੇ ਹਾਂ ਟੀਮਾਂ ਜਿਹੜੀਆਂ ਅਜੇ ਵੀ ਕਿਤੇ ਨਜ਼ਰੀ ਨਹੀਂ ਆਉਂਦੀਆਂ ਦੋਨੋਂ ਟੀਮਾਂ ਨੂੰ ਸਾਡਾ ਸੱਦਾ ਪੱਤਰ ਹੈ ਵੀ ਜਲਦੀ ਦੇ ਨਾਲ ਕੋਚ ਸਾਹਿਬਾਨ ਨੂੰ ਬੇਨਤੀ ਹੈ ਵੀ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਪੁੱਜਣ ਤਾਂ ਕਿ ਮੁਕਾਬਲਾ ਸ਼ੁਰੂ ਕਰਵਾ ਕੇ ਫਿਰ ਆਪਾਂ ਸਮੇਂ ਸਿਰ ਜਿਹੜਾ ਇਸ ਖੇਡ ਮੇਲੇ ਨੂੰ ਨੇਪਰੇ ਚਾੜਨਾ ਉੱਧਰ ਪ੍ਰਬੰਧਕਾਂ ਵੱਲੋਂ ਬੇਨਤੀ ਆ ਵੀ ਜਿੰਨੇ ਵੀ ਸਾਡੇ ਦਾਨੀ ਸੱਜਣ ਨੇ ਚਾਹੇ ਸਾਨੂੰ ਕਿਸੇ ਨੇ 1100 ਜਾਂ 1100 ਤੋਂ ਉੱਪਰ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਆ ਉਹ ਕੁਰਸੀਆਂ ਲੈ ਲੈਣ ਔਰ ਜਿਹੜੇ ਵੀਰਾਂ ਨੇ ਕੋਈ ਜਿਹੜੀ ਰਾਸ਼ੀ ਨਹੀਂ ਦਿੱਤੀ ਉਹ ਕਿਰਪਾ ਕਰਕੇ ਗੁੱਸਾ ਨਾ ਕਰਿਓ ਮੇਰੇ ਵੀਰ ਉਹ ਕੁਰਸੀਆਂ ਜਿਹੜੀਆਂ ਖਾਲੀ ਕਰ ਦਿੱਤੀਆਂ ਜਾਣ ਬਹੁਤ ਧੰਨਵਾਦ ਹੋਵੇਗਾ ਆਓ ਜੀ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਜਲਦੀ ਤੋਂ ਜਲਦੀ ਦੋਨੇ ਟੀਮਾਂ ਨੂੰ ਵਾਰ ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਪਰ ਖਿਡਾਰੀ ਸਾਨੂੰ ਕੋਈ ਵਧੀਆ ਰਿਸਪੋਂਸ ਨਹੀਂ ਦੇ ਰਹੀਆਂ ਟੀਮਾਂ ਹੱਥ ਬੰਨ ਕੇ ਬੇਨਤੀ ਜੀ ਮੀਰੀ ਪੀਰੀ ਕਲੱਬ ਕਪੂਰਥਲਾ ਵਰਸੇ ਚੜ੍ਹਦੀ ਕਲਾ ਕਲੱਬ ਜਲੰਧਰ ਲੈ ਵੀ ਬਿੰਦਰ ਮੀਰੀ ਪੀਰੀ ਕਲੱਬ ਕਪੂਰਥਲਾ ਪੁੱਜ ਰਹੀ ਹੈ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਟੀਮ ਨੂੰ ਸਾਡਾ ਸੱਦਾ ਵੀ ਉਹ ਵੀ ਟੀਮ ਆ ਜਿਹੜੀ ਜਲਦੀ ਦੇ ਨਾਲ ਪੁੱਜੇ ਮੀਰੀ ਪੀਰੀ ਕਲੱਬ ਜਿਹੜੀ ਕਪੂਰਥਲੇ ਦੀ ਟੀਮ ਆ ਮੱਖਣ ਸਿੰਘ ਧਾਲੀਵਾਲ ਹੋਣਾ ਦੀ ਉਹ ਟੀਮ ਆ ਜਿਹੜੀ ਪੁੱਜ ਰਹੀ ਹੈ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਟੀਮ ਵੀ ਜਿਹੜੀ ਜਲਦੀ ਦੇ ਨਾਲ ਗਰਾਊਂਡ ਵੱਲ ਨੂੰ ਆ ਜਾਏ ਪਹਿਲਾ ਮੁਕਾਬਲਾ ਜਿਹੜਾ ਕਬੱਡੀ ਅਕੈਡਮੀਆਂ ਦਾ ਖੇਡਿਆ ਜਾਣਾ ਸਰਦਾਰ ਮੱਖਣ ਸਿੰਘ ਜੀ ਡੀ ਪੀ ਸਾਹਿਬ ਚੜਿੱਕ ਵਾਲੇ ਜਥੇਦਾਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲਾ ਸੁਖਚੈਨ ਸਿੰਘ ਜੀ ਚੈਨਾ ਸਿੱਧਵਾਂ ਵਾਲੇ ਹੋਰ ਵੀ ਜਿੰਨੇ ਕੋਚ ਸਾਹਿਬਾਨ ਸਾਡੇ ਦਰਮਿਆਨ ਪੁੱਜ ਰਹੇ ਆ ਸਾਰਿਆਂ ਨੂੰ ਨਿੱਘੀ ਜੀਵਾਇਆ ਸਲਾਮੇ ਮੁਹੱਬਤ ਵੈਲਕਮ ਆਖਦੇ ਹਾਂ ਇੱਥੇ ਪੁੱਜਣ 'ਤੇ ਔਰ ਮਾਣਯੋਗ ਅਤੇ ਸਤਿਕਾਰਯੋਗ ਚਿਹਰੇ ਸਾਡੇ ਲਈ ਜਿੰਨੇ ਵੀ ਇੱਥੇ ਪੁੱਜ ਰਹੇ ਸਾਰਿਆਂ ਨੂੰ ਨਿੱਘੀ ਜੀਵਾਇਆ ਕਹਿੰਦੇ ਹਾਂ ਉੱਧਰ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਜਿਹੜੀ ਟੀਮ ਪੁੱਜ ਚੁੱਕੀ ਹੈ ਬਾਕੀ ਖਿਡਾਰੀ ਵੀ ਪੁੱਜ ਰਹੇ ਆ ਅਤੇ ਨਾਲ ਟੀਮ ਆ ਜਿਹੜੀ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਆ ਉਹ ਵੀ ਜਲਦੀ ਦੇ ਨਾਲ ਗਰਾਊਂਡ ਵੱਲ ਪੁੱਜੇ ਜਿੰਨੇ ਵੀ ਸੇਵਾਦਾਰ ਵੀਰ ਨੇ ਸਟੇਜ ਦੇ ਸਾਹਮਣੇ ਪੁੱਜਣ ਉਹਨਾਂ ਦੀ ਜਿਹੜੀ ਇੱਕ ਯਾਦਗਾਰੀ ਫੋਟੋ ਹੋਵੇਗੀ ਇੱਧਰ ਜਗਤਾਰ ਸਿੰਘ ਜੀ ਧਨੌਲਾ ਪ੍ਰਸਿੱਧ ਕਬੱਡੀ ਦੇ ਜਾਫੀ ਆਪਣੇ ਸਮੇਂ ਦੇ ਅਤੇ ਅੱਜ ਕੱਲ੍ਹ ਜਿਹੜਾ
ਨੁਮਾਇੰਦਗੀ ਕਰਦੇ ਨੇ ਰਾੜਾ ਸਾਹਿਬ ਅਕੈਡਮੀ ਦੀ ਨਿੱਕੀ ਜੀ ਹੋਇਆ ਕਹਿੰਦੇ ਬਾਈ ਜੀ ਇੱਥੇ ਪੁੱਜਣ ਤੇ ਸਰਦਾਰ ਜਗਤਾਰ ਸਿੰਘ ਜੀ ਧਨੌਲਾ ਸਾਹਿਬ ਐਕਸਟਰਾ ਜਿਹੜਾ ਕੋਈ ਵੀ ਸਾਡਾ ਵੀਰ ਆ ਜਿਹਦੀ ਕੋਈ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਉਹ ਜਿਹੜਾ ਗਰਾਊਂਡ ਦੇ ਵਿੱਚ ਨਾ ਜਾਵੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਖਿਡਾਰੀ ਜਿਹੜੇ ਪੁੱਜ ਚੁੱਕੇ ਨੇ ਦੋਨੋਂ ਟੀਮਾਂ ਲਾਈਨ ਅਪ ਹੋਣਗੀਆਂ ਜੀ ਲਾਈਨ ਅਪ ਹੋ ਜਾਓ ਦੋਨੋਂ ਟੀਮਾਂ ਕਿਉਂਕਿ ਜਾਣ ਪਹਿਚਾਣ ਆ ਜਿਹੜੀ ਮਾਣਯੋਗ ਸ਼ਖਸੀਅਤਾਂ ਦੇ ਨਾਲ ਖਿਡਾਰੀ ਵੀਰਾਂ ਦੀ ਕਰਵਾਈ ਜਾਣੀ ਹੈ ਕਿ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਟੀਮਾਂ ਜਿਹੜੀਆਂ ਚੜ੍ਹਦੀ ਕਲਾ ਕਲੱਬ ਜਲੰਧਰ ਤੇ ਮੀਰੀ ਪੀਰੀ ਕਲੱਬ ਕਪੂਰਥਲਾ ਦੀਆਂ ਗਰਾਊਂਡ ਦੇ ਵਿੱਚ ਲਾਈਨ ਅਪ ਹੋਣਗੀਆਂ ਖਿਡਾਰੀ ਵੀਰ ਜਿਹੜੇ ਅਜੇ ਨਹੀਂ ਪੁੱਜੇ ਉਹ ਵੀ ਪੁੱਜਣ ਤਾਂ ਕਿ ਪ੍ਰਬੰਧਕਾਂ ਦੇ ਨਾਲ ਜਿਹੜੀ ਜਾਣ ਪਹਿਚਾਣ ਕੀਤੀ ਜਾ ਸਕੇ ਜਲਦੀ ਦੇ ਨਾਲ ਆ ਜਾਓ ਭਲਵਾਨੋ ਭੱਜਿਓ ਮੇਰੇ ਵੀਰ ਉਧਰ ਦੋਨਾਂ ਟੀਮਾਂ ਦੇ ਨਾਲ ਆ ਜਿਹੜੀ ਜਾਣ ਪਹਿਚਾਣ ਕੀਤੀ ਜਾ ਰਹੀ ਆ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਤੇ ਦੂਸਰੇ ਪਾਸੇ ਟੀਮ ਆ ਜਿਹੜੀ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਆ ਯਾਦਗਾਰੀ ਸਨੈਪ ਕੈਮਰੇ ਦੇ ਵਿੱਚ ਕੈਦ ਕੀਤੀ ਜਾ ਰਹੀ ਆ ਦੋਨਾਂ ਟੀਮਾਂ ਦੇ ਖਿਡਾਰੀ ਕੋਚ ਸਾਹਿਬਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਸਪੋਰਟਸ ਕਲੱਬ ਸਾਡੇ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਹੁਣੀ ਇਸ ਵੇਲੇ ਸਮੂਹ ਨਗਰ ਨਿਵਾਸੀ ਐਨ ਆਰ ਵੀਰ ਜਿਹੜੇ ਇਹਨਾਂ ਟੀਮਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਜਵਾਨੀ ਬੁਢਾਪਾ ਬੀਤਦੇ ਹੀ ਜਾਏਗੇ ਯਾਦਗਾਰ ਕੇ ਲਈ ਸਿਰ ਫੋਟੋ ਰਹਿ ਜਾਏਗੇ ਇਹਨਾਂ ਖੇਡ ਮੈਦਾਨਾਂ ਦੀ ਖਿਡਾਰੀ ਵੀਰਾਂ ਦੀ ਕਲੱਬ ਦੀ ਅਤੇ ਸਾਡੇ ਵੀਰਾਂ ਦੀ ਯਾਦ ਹਮੇਸ਼ਾ ਦਵਾਉਂਦੀ ਰਹੇਗੀ ਇਹ ਤਸਵੀਰ ਹਨੇਰੀਆਂ ਆ ਕੇ ਚਲੀਆਂ ਜਾਂਦੀਆਂ ਤੂਫਾਨ ਚਲੇ ਜਾਂਦੇ ਨੇ ਬਸ ਯਾਦਾਂ ਹੀ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ ਇੱਧਰ ਪਿੰਡਾ ਗਿੱਦੜਵਿੰਡੀ ਵਾਲਾ ਸਾਡਾ ਵੀਰ ਕਦੇ ਕੈਨੇਡਾ ਦੀ ਟੀਮ ਦੇ ਲਈ ਖੇਡਿਆ ਗਿੱਦੜਵਿੰਡੀ ਕਹਿੰਦੇ ਸਦਮਾ ਬੇੜ ਦੇ ਲਾਗੇ ਪੈਂਦਾ ਨੌਜਵਾਨ ਦਾ ਉਹ ਵੀ ਗਰਾਊਂਡ ਦੇ ਵਿੱਚ ਨਤਮਸਤਕ ਹੋ ਚੁੱਕਿਆ ਉੱਧਰ ਜੱਗਾ ਪਰਸਰਾਂਪੁਰੀਆ ਲੱਡਾ ਬੱਲਾਪੁਰੀਆ ਸ਼ਰਨਾ ਕਾਲੇ ਸੰਘਿਆਂ ਦਾ ਤੇ ਬਾਬਾ ਵਡੋਲਨੇ ਵਾਲਾ ਕਬੱਡੀਆਂ ਪਾਵੇਗਾ ਨੌਜਵਾਨ ਇਹ ਖਿਡਾਰੀ ਚੜ੍ਹਦੀ ਕਲਾ ਕਲੱਬ ਜਲੰਧਰ ਦੇ ਲਈ ਖੇਡਣਗੇ ਜੱਗਾ ਲੱਲੀਆਂ ਵਾਲਾ ਧੋਨਾ ਧਾਲੀਵਾਲ ਜਿਸ ਕਾਰਨ ਵਜੋਲੇ ਵਾਲਾ ਵੀ ਕਹਿੰਦੇ ਨੌਜਵਾਨ ਪੁੱਜਿਆ ਧੰਨਵਾਦ ਕਰਦੇ ਇਹਨਾਂ ਖਿਡਾਰੀਆਂ ਦਾ ਬੜਾ ਵਧੀਆ ਬੜਾ ਰੌਚਕ ਅਤੇ ਬੜਾ ਫਸਵਾਂ ਮੈਚ ਇਸ ਵੇਲੇ ਖੇਡਿਆ ਜਾਵੇਗਾ ਉੱਧਰ ਅਫੀਸ਼ੀਅਲ ਦੀਆਂ ਜਿਹੜੀਆਂ ਡਿਊਟੀਆਂ ਸਰਦਾਰ ਜਗਤਾਰ ਸਿੰਘ ਜੀ ਧਨੌਲਾ ਅਤੇ ਨਾਲ ਗੀਤਾ ਕੋਟ ਕਰੋੜ ਵਾਲਾ ਜਿਹੜਾ ਸਾਡਾ ਵੀਰ ਕਬੱਡੀ ਦਾ ਪ੍ਰਸਿੱਧ ਜਾਫੀ ਇਸ ਏਰੀਏ ਦਾ ਆਪਣੇ ਸਮੇਂ ਦਾ ਕਹਿੰਦੇ ਬੜੇ ਚੀੜੇ ਜਾਫੀਆਂ ਦੇ ਵਿੱਚ ਨਾਂ ਰਿਹਾ ਗੀਤੇ ਕੋਟ ਕਰੋੜ ਵਾਲੇ ਦਾ ਵੀ ਅੱਜ ਕੱਲ੍ਹ ਪੰਜਾਬ ਦੇ ਵਧੀਆ ਅਫੀਸ਼ੀਅਲਾਂ ਦੇ ਵਿੱਚ ਨਾਂ ਸੋ ਦੋਨੋਂ ਟੀਮਾਂ ਜਿਹੜੀਆਂ ਬਿਲਕੁਲ ਤਿਆਰੀ ਦੇ ਵਿੱਚ ਨੇ ਅਤੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉੱਧਰ ਸਾਡੇ ਵੀਰ ਮੰਦਰ ਮਿਰਜੇਕੇ ਵਾਲੇ ਸਾਡੇ ਸਾਥੀ ਬੁਲਾਰੇ ਦਾ ਮਾਣ ਹੈ ਇਸ ਏਰੀਏ ਦਾ ਆਉਂਦੇ ਵਰ੍ਹੇ ਦੇ ਇਸੇ ਟੂਰਨਾਮੈਂਟ 'ਤੇ ਜਿਹੜਾ ਮਾਣ ਸਨਮਾਨ ਸੋਨੇ ਦੀ ਮੁੰਦਰੀ ਦੇ ਨਾਲ ਹੋਵੇਗਾ ਨਾਲ ਪ੍ਰਦੀਪ 365.com ਵਾਲਾ ਸਾਡਾ ਵੀਰ ਸੇਲਵਰਾ ਵਾਲਾ ਸਾਡੇ ਵੀਰ ਹੀਰਾ ਗਿੱਲ ਜੀ ਹੋਣਾਂ ਵੱਲੋਂ ਔਰ ਸਾਡੇ ਵੀਰ ਕੁਲਵਿੰਦਰ ਆਸਟ੍ਰੇਲੀਆ ਹੋਣਾਂ ਵੱਲੋਂ ਜਿਹੜੇ ਮਾਣ ਸਨਮਾਨ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਕੀਤੇ ਜਾਣਗੇ ਸਾਡੇ ਇਹਨਾਂ ਭਰਾਵਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਾਥੀ ਬੁਲਾਰਿਆਂ ਦੇ ਮਾਣ ਸਨਮਾਨ ਕੀਤੇ ਜਾਣਗੇ ਲਓ ਜੀ ਇੱਧਰ ਮੀਰੀ ਪੀਰੀ ਕਲੱਬ ਕਪੂਰਥਲਾ ਅਤੇ ਚੜ੍ਹਦੀ ਕਲਾ ਕਲੱਬ ਜਲੰਧਰ ਦੇ ਦਰਮਿਆਨ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਬਿੰਦਰ ਟੀਮਾਂ ਜਿਹੜੀਆਂ ਦਰਸ਼ਕ ਵੀਰਾਂ ਨੂੰ ਨੋਟ ਕਰਵਾ ਦੀ ਵੀ ਕਿਹੜੀ ਸਾਈਡ ਜਿਹੜੀ ਟੀਮ ਕਿਹੜੀ ਅਕੈਡਮੀ ਦੀ ਆ ਦੋਨੋਂ ਟੀਮਾਂ ਜਿਹੜੀਆਂ ਪੂਰੀ ਤਿਆਰੀ ਦੇ ਵਿੱਚ ਨੇ ਇੱਧਰ ਸਾਡੇ ਯਾਰ ਗੁਰਪ੍ਰੀਤ ਸਿੱਧੂ ਹੁਣੀ 365.com ਦੇ ਜ਼ਰੀਏ ਜਿਹੜਾ ਅੱਜ ਦੇ ਇਹਨਾਂ ਮੈਚਾਂ ਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੇ ਆ ਸੋ ਸਿੱਧੂ ਹੁਣਾਂ ਦਾ ਵੀ ਧੰਨਵਾਦ ਆ ਸਾਡੇ ਭਰਾਵਾਂ ਦਾ ਮੂਵ ਸਪਰੇ ਕੀਤੇ ਲਕਸ਼ਮਣ ਘਾਲੀ ਜੀ ਪ੍ਰਸਿੱਧ ਖਿਡਾਰੀ ਆਪਣੇ ਸਮੇਂ ਦੇ ਇੱਧਰ
ਸਾਡੇ ਕਾਕਾ ਪੰਡਿਤ ਜੀ ਮੱਦੋਕਿਆਂ ਵਾਲੇ 30 ਸੈਕਿੰਡ ਤੇ ਹੂਟਰ ਦੀਆਂ ਜਿਹੜੀਆਂ ਡਿਊਟੀਆਂ ਸਾਂਭੀ ਬੈਠੇ ਆ ਇਹਨਾਂ ਦਾ ਵੀ ਧੰਨਵਾਦ ਹੈ। ਕੋਚਰ ਸਾਹਿਬਾਨ ਡੀਪੀ ਸਾਹਿਬ ਪ੍ਰਬੰਧ ਕਹਿੰਦੇ ਵੀ ਪਰਲੀ ਸਾਈਡ ਹੋ ਜਾਓ ਜੀ, ਧੰਨਵਾਦ ਹੈ ਜੀ ਬਾਈ ਟੋਨਾ ਸਾਡਾ ਵੀਰ। ਲਓ ਜੀ ਮੁਕਾਬਲੇ ਦੀ ਕਰੀਏ ਸ਼ੁਰੂਆਤ, ਜੁੜੀਏ ਆਪਾਂ ਜਲਦੀ ਦੇ ਨਾਲ ਇਸ ਖੇਡ ਮੈਦਾਨ ਦੇ ਨਾਲ, ਪਾਈਏ ਬੋਲਾਂ ਦੀ ਸਾਂਝ ਸਾਰੇ ਦਰਸ਼ਕ ਵੀਰਾਂ ਦੇ ਨਾਲ। ਕੁਲਵੰਤ ਸਿੰਘ ਜੀ ਢੋਡੀ ਕੇ ਏਐਸਆਈ ਸਾਹਿਬ ਉਹ ਵੀ ਆਪਣੇ ਦਰਮਿਆਨ ਪੁੱਜੇ ਨਹੀਂ ਕਿ ਜਿਵੇਂ ਬਿੰਦਰ ਲੈ ਦਰਸ਼ਕ ਵੀਰਾਂ ਨੂੰ ਸਾਈਡਾਂ ਦੱਸ ਦੇ ਵੀ ਕਿਹੜੀ ਜ਼ਰੂਰ ਵੀਰੇ ਜ਼ਰੂਰ ਸਾਈਡਾਂ ਤੇ ਇਕੱਲੇ ਇਕੱਲੇ ਖਿਡਾਰੀ ਦੀ ਖੇਡ ਦੀ ਆਪਾਂ ਗੱਲ ਕਰੀਏ। ਮੈਂ ਬੇਨਤੀ ਕਰੂੰਗਾ ਸਾਡੇ ਕਲੱਬ ਦੀ ਤਰਫ ਪਲੀਜ਼ ਜੀ ਮੂਵ ਸਵਰੇਜ ਦੀ ਖਿਡਾਰੀ ਵੀਰ ਮੰਗ ਕਰਦੇ ਜੀ, ਪਲੀਜ਼ ਪ੍ਰਧਾਨ ਸਾਹਿਬ ਜੀ ਮੂਵ ਸਵਰੇਜ ਜਿਹੜੀ ਖਿਡਾਰੀ ਲਈ ਪਹੁੰਚ ਦੀ ਕਰ ਦਿਓ, ਬਹੁਤ ਬਹੁਤ ਧੰਨਵਾਦ ਜੀ। ਲਓ ਦਰਸ਼ਕ ਵੀਰੇ ਸਾਈਡਾਂ ਨੋਟ ਕਰੀਏ, ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਖੇਡੇਗੀ ਮੱਧਕੀ ਸ਼ਹਿਰ ਵਾਲੀ ਸਾਈਡ, ਸਟੇਜ ਦੇ ਸੱਜੇ ਹੱਥ ਔਰ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀ ਟੀਮ ਖੇਡੇਗੀ ਗੁਰੂ ਕੇ ਲੰਗਰਾਂ ਵਾਲੇ ਪਾਸੇ ਗੁਰਦੁਆਰਾ ਸ਼ਹੀਦਗੰਜ ਦੀ ਸਾਈਡ ਖੇਡੇਗੀ ਟੀਮ, ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀ ਟੀਮ ਖੇਡੇਗੀ। ਬੜਾ ਵਧੀਆ ਮੁਕਾਬਲਾ, ਬਿਗਲ ਵੱਜਿਆ, ਕੂਚ ਦਾ ਹੁਕਮ ਹੋਇਆ, ਚੜ੍ਹੇ ਸੂਰਮੇ ਪੁੱਤ ਦਲੇਰ ਮੀਆਂ, ਨਿਕਲੇ ਪੁੱਤ ਸਰਦਾਰਾਂ ਦੇ ਸ਼ੈਲ ਬਣ ਕੇ, ਜਿਉਂ ਵਿਹਲਿਓ ਨਿਕਲਦੇ ਸ਼ੇਰ ਮੀਆਂ। ਅੱਜ ਕਹਿੰਦੇ ਆਲੇ ਦਰਜੇ ਦੇ ਮੁਕਾਬਲੇ ਜਿਹੜੇ ਸ਼ਹੀਦਾਂ ਦੀ ਧਰਤੀ ਤੇ ਅੱਜ ਮੇਰੇ ਵੀਰੇ ਜਿਹੜੇ ਤੱਕਣ ਜਾ ਰਹੇ ਆ, ਅਕੈਡਮੀਆਂ ਦੇ ਜਿਹੜੇ ਮੈਚ ਪਹਿਲੀ ਵਾਰ ਇਸ ਧਰਤੀ ਤੇ ਕਰਵਾਏ ਜਾ ਰਹੇ ਆ, ਬੜੇ ਮਾਣ ਵਾਲੀ ਗੱਲ ਆ ਮੇਰੇ ਮਿੱਤਰੋ, ਕਿ ਬੜੇ ਮਾਣ ਵਾਲੀ ਗੱਲ ਜੰਮੇ ਆ ਪੰਜਾਬ ਵਿੱਚ, ਸੋਨੇ ਦੀ ਚਿੜੀ ਦਾ ਨਾਂ ਮਿਲਿਆ ਖਿਤਾਬ ਵਿੱਚ, ਖੁੱਲੇ ਰੱਖੀਏ ਦਿਲਾਂ ਦੇ ਦਰਵਾਜ਼ੇ, ਸਾਡੀ ਰੀਸ ਕੌਣ ਕਰ ਲੂ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਸਾਡੀ ਰੀਸ ਕੌਣ ਕਰ ਲੂ। ਕਬੱਡੀ ਆ ਜਿਹੜੀ ਮੀਰੀ ਪੀਰੀ ਅਕੈਡਮੀ ਦੇ ਹਿੱਸੇ ਦੇ ਵਿੱਚ ਆਈ ਹੈ, ਜਦ ਤੁਰਿਆ ਪਾੜੇ ਤੋਂ ਮਾਰ ਕੇ ਥਾਪੀ ਦੇਖਦੇ ਜਾਫੀ ਨਾਲ ਚਲਾਕੀ, ਮੁੰਡਾ ਆਤਿਸ਼ਬਾਜ਼ੀ ਏ ਤੇਜ ਤਲਵਾਰ, ਪੌਣੇ ਇਸ ਵਾਰ ਕੁਤਰਮੀ ਦਾਤੀ, ਕੇ ਹੱਥ ਲਾ ਗਿਆ ਗਮਲੇ ਨੂੰ ਰੌਲਾ ਪੈ ਗਿਆ ਵਾ ਏ ਫਰੀਨੇ, ਫੜਨੇ 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 ਬੜੇ ਔਖੇ ਨੇ, ਉੱਡਣੇ ਸੱਪ ਰੇਡਰ ਦਾ ਲੱਕ ਸ਼ੇਰ ਦਾ ਨੱਕ ਕਬੂਤਰ ਚੀਨੇ, ਕਬੂਤਰ ਚੀਨੇ। ਉਧਰ ਜਗਤਾਰ ਸਿੰਘ ਜੀ ਧਨੌਲਾ ਫੈਸਲਾ ਕਰਕੇ ਪੁਆਇੰਟ ਜਿਹੜਾ ਧਾਵੀ ਦਾ, ਤੇ ਬਿੰਦਰ ਮਿਸ਼ਰੀ ਵਾਲੀ ਅਗਲੀ ਕਬੱਡੀ ਜੱਗੇ ਲੱਲੀਆਂ ਦੇ ਨਾਲ ਮੁਕਾਬਲਾ ਹੋਇਆ ਸੀ ਖੇਡ ਮੈਦਾਨ ਦੇ ਵਿੱਚ। ਲਓ ਇੱਧਰ ਪੁਆਇੰਟ ਜਿਹੜਾ ਫਿਰ ਰੇਡਰ ਦੇ ਸੇ ਜੜਦਾ ਹੋਇਆ, ਇਹ ਨੰਬਰ ਮੇਰੇ ਵੀਰਿਓ ਇਸ ਵੇਲੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀ ਟੀਮ ਦੇ ਸੇ ਜੜਦਾ ਹੋਇਆ, ਬਹੁਤ ਤਕੜੇ ਨੰਬਰ ਦਾ ਵਾਧਾ ਇਸ ਵੇਲੇ ਜੱਸਾ ਪਰਸਨ ਉੱਪਰ ਵਾਲਾ ਲੱਖਾਂ ਦਾ ਪਾਇਆ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਆ ਖਿਡਾਰੀ ਦਾ ਵੀ ਨੌਜਵਾਨ ਦਾ ਮੇਰੇ ਵੀਰਿਓ ਮੈਦਾਨ ਦੇ ਵਿੱਚ ਅੰਮ੍ਰਿਤ ਖੀਰਾਂ ਵੱਲ ਦੀ ਪਈ ਹੋਈ ਕਬੱਡੀ, ਇਸ ਵੇਲੇ ਕਪੂਰਥਲਾ ਦੀ ਟੀਮ ਦੇ ਲਈ ਧਾਵਾ ਬੋਲਦਾ ਹੋਇਆ ਅੰਮ੍ਰਿਤ ਦਾ, ਕਹਿੰਦੇ ਖੀਰਾਂਵਾਲ ਪੈਂਡਾ ਖੀਰਾਂਵਾਲ ਦੀ ਧਰਤੀ ਨੇ ਸਿੱਪੀ ਵਰਗੇ, ਕਹਿੰਦੇ ਬੜੇ ਚੋਟੀ ਦੇ ਖਿਡਾਰੀ ਗਗਨਦੀਪ ਸਿੰਘ ਗੱਗੀ ਵਰਗੇ ਪੈਦਾ ਕੀਤੇ। ਲਓ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਸੇ ਜੜਦਾ ਹੋਇਆ, ਇਹ ਨੰਬਰ ਮੀਰੀ ਪੀਰੀ ਕਲੱਬ ਕਪੂਰਥਲਾ ਦੀ ਟੀਮ ਦੇ ਸੇ ਜੜਦਾ ਹੋਇਆ। ਆ ਨੌਜਵਾਨ ਇਸ ਵੇਲੇ ਮੈਦਾਨ ਦੇ ਵਿੱਚ ਮੇਰੇ ਵੀਰੋ, ਬੜਾ ਪਿਆਰਾ ਇਹ ਖਿਡਾਰੀ ਨੌਜਵਾਨ ਸ਼ਰਨਾ, ਸ਼ਰਨਾ ਇਸ ਵੇਲੇ ਅਗਲੀ ਕਬੱਡੀ ਸਿੱਖ ਸਰਦਾਰ ਗਬਰੂ ਕੇ ਸਬਰ ਸਿਦਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦਿਆ, ਘਰ ਘਰ ਪਹੁੰਚੂ ਮੈਂ ਕੋ ਤੇਰੀ ਫੁੱਲ ਗੁਲਾਬ ਦਿਆ, ਕਿ ਮਿੱਟੀ ਚੁੱਕ ਚੁੰਮ ਮੱਥੇ ਲਾਉਣਗੇ ਲੋਕੀ ਤੇਰਿਆਂ ਰਾਵਾਂ ਦੀ, ਤੇ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਸ਼ਰਨਾ ਇਸ ਵੇਲੇ ਡਬਲ ਟੱਚ ਦਾ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਲਓ ਮਨਵੀਰ ਖੋਜੇਵਾਲ ਦਾ ਕਬੱਡੀ ਪਾਉਂਦਾ ਹੋਇਆ, ਮਨਵੀਰ ਦੀ ਪਈ ਹੋਈ ਕਬੱਡੀ, ਇਸ ਵੇਲੇ ਚਾਰ ਜਾਫੀ ਮੈਦਾਨ ਦੇ ਵਿੱਚ ਮੇਰੇ ਵੀਰੇ, ਚਾਰਾਂ ਦੇ ਵਿੱਚੋਂ ਕੌਣ ਫਿਰ ਡੱਕ ਕੇ ਦਿਖਾਵੇਗਾ। ਮਨਵੀਰ ਖੋਜੇਵਾਲ ਦਾ ਜੀ ਦਰ ਦੇ ਨਾਲ ਕਬੱਡੀ ਪਾਉਂਦਾ ਹੋਇਆ, ਵੱਖਰੀ ਖੇਡ ਦਾ ਇਹ ਖਿਡਾਰੀ ਮੇਰੇ ਵੀਰੇ ਮਨਵੀਰ, ਕਹਿੰਦੇ ਖੋਜੇਵਾਲ ਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ, ਡਬਲ ਟੱਚ ਹੋ ਚੁੱਕਿਆ, ਤੇ ਜਗਤਾਰ ਸਿੰਘ ਧਨੌਲੇ ਵਾਲਾ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਫੈਸਲਾ ਕਰਦਾ ਹੋਇਆ ਨੰਬਰ ਇਸ ਵੇਲੇ ਮਨਵੀਰ ਸਿੰਘ ਖੋਜੇਵਾਲ ਦਾ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਦੇ ਸੇ ਜੋੜਦਾ ਹੋਇਆ। ਜਗਤਾਰ ਧਨੌਲਾ ਕਹਿੰਦੇ 2 ਸਾਲ ਹਰਜੀਤ ਬਰਾੜ ਦੇ ਨਾਲ ਵਰਲਡ ਕਬੱਡੀ ਕੱਪ ਦਾ ਮੇਰੇ ਵੀਰੇ ਬੈਟ ਜਾਫੀ ਚੁਣਿਆ ਗਿਆ 1994 ਤੇ 1995 ਦੇ ਵਿੱਚ, ਖਿਡਾਰੀ ਕਹਿੰਦੇ ਹਰਜੀਤ ਬਰਾੜ ਬਾਜਾ ਖਾਨਾ ਦੇ ਨਾਲ ਬੈਟ ਜਾਫੀ ਲਾਉਣਾ ਗਿਆ ਜਗਤਾਰ ਧਨੌਲੇ ਵਾਲਾ। ਲਗਾਤਾਰ ਹਰਜੀਤ ਬਰਾੜ ਬਾਜਾ ਖਾਨਾ ਵਰਲਡ ਕਬੱਡੀ ਕੱਪ ਦਾ ਬੈਟ ਰੇਡੋ ਚੁਣਿਆ ਗਿਆ 1994 1995 ਤੇ 1996 ਦੇ ਵਿੱਚ ਉਸ ਖਿਡਾਰੀ ਨੇ ਜਿਹੜੇ ਰਿਕਾਰਡ ਬਣਾਏ, ਇਹ ਇੱਕ ਬੜੇ ਮਾਣ ਵਾਲੀ ਗੱਲ ਆ। 2 ਸਾਲ ਸੰਦੀਪ ਲੱਲੀਆਂ ਵਾਲਾ, 2 ਸਾਲ ਬਿਲਾ ਸੁਰਖਪੁਰੀਆ ਤੇ 1 ਸਾਲ ਗੁਰਜੀਤ ਤੂਤਾਂ ਦਾ ਜਿਹੜੇ ਵਰਲਡ ਕਬੱਡੀ ਕੱਪ ਦੇ ਬੈਟ ਰੇਡਰ ਚੁਣੇ ਗਏ। ਆਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਪਾਈ ਹੋਈ ਕਪੂਰਥਲਾ ਦੇ ਵੱਲੋਂ ਰੇਡ ਹੈ।
ਤੇ ਗੱਲ ਕਰੇਗਾ ਯਾਰ ਸਖਚੈਨ ਚੋਟੀਆਂ ਵਾਲਾ। ਵਾਹ, ਉਧਰ ਚਾਰਾਂ ਜਾਫੀਆਂ ਨੂੰ ਦੇਖਦਾ ਵੀ ਮੁੰਡਾ ਗੱਲ ਕੁੱਟ ਕਲੇਜੇ ਲਾਉਣ ਵਾਲੀ ਕਰਦਾ, ਜਦੋਂ ਜਦ ਜਾਰੀ ਦੋਨਾਂ ਖਿਡਾਰੀਆਂ ਦੇ ਦਰਮਿਆਨ ਵੱਜਦਾ ਹੋਇਆ ਪੰਪ ਕਿ ਦੁੱਲੇ ਦਾ ਪੰਪ, ਸੋਨੂੰ ਦਾ ਜੰਪ, ਸੁਖਬੀਰ ਦੀ ਭਾਜ, ਭੀਮ ਦੀ ਡਾਜ, ਇਹ ਚਾਰੇ ਦਿਲ ਨੂੰ ਲੁੱਟਦੇ ਨੇ ਵੀ ਜਾਫੀ ਦਾ ਉਧਰ ਦਾ ਵਰਿੰਦਰ ਤੇ ਪਿੱਤੇ ਕਰ ਸੁੱਟਦੇ ਨੇ, ਰੇਡਰ ਪੁੱਠੇ ਕਰ ਸੁੱਟਦੇ ਨੇ, ਪਰ ਸਮਾਂ ਸਮਾਂ ਬਲਵਾਨ ਹੈ ਤੇ ਸਮੇਂ ਨੇ ਸਾਥ ਜਿਹੜਾ ਜਾਫੀਆਂ ਦਾ ਦਿੱਤਾ। ਲੱਡੀ ਚੋਟੀਆਂ ਵਾਲਾ ਲੱਡਾ ਨਾਮ ਇਸ ਖਿਡਾਰੀ ਦਾ ਤੇ ਪਿੰਡ ਕਹਿੰਦੇ ਬਲਪਰਸ ਨੌਜਵਾਨ ਦਾ, ਲੱਡਾ ਬਲਪੁਰੀਆ ਕਬੱਡੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ, ਉਧਰ ਪਿੰਡਾ ਗਿੱਦੜਵਿੰਡੀ ਦਾ ਤੇ ਨਾਲ ਕਹਿੰਦੇ ਨੌਜਵਾਨ ਖੜਾ ਗੀਤੂ ਧਾਲੀਵਾਲ, ਪ੍ਰਦੀਪ ਮੰਨਣ ਦਾ ਤੇ ਮੇਜਰ ਧਾਲੀਵਾਲ ਪਿੰਡ ਦਾ, ਮੇਰੇ ਵੀਰੋ ਤਿੰਨ ਚੌਹਾਂ ਜਾਫੀਆਂ ਦੇ ਵਿੱਚ ਕੌਣ ਡੱਕ ਕੇ ਦਿਖਾਵੇਗਾ ਲੱਡਾ ਬਲਪੁਰੀਆ ਇਸ ਵੇਲੇ ਜੀ ਦਰ ਦੇ ਨਾਲ ਕਬੱਡੀ ਪਾਉਂਦਾ ਹੋਇਆ। ਪਿੰਦਾ ਪਿੰਦਾ ਗਿੱਦੜਵਿੰਡੀ ਵਾਲਾ ਪਿੰਦਾ ਟਰਾਈ ਕਰਦਾ ਪਰ ਗੀਤਾ ਨਹੀਂ ਮੰਨਦਾ, ਪਿੰਦਾ ਵੀ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਜਾ ਵਸਿਆ, ਟਰਾਈ ਕਰਦਾ ਜਿਹੜਾ ਨੌਜਵਾਨ, ਸਰੀਰ ਦੇਖੋ ਗੱਭਰੂ ਦਾ ਭੁੱਖ ਲੈਂਦੀ ਆ, ਐਨ ਗੁੰਦਿਆ ਹੋਇਆ ਸਰੀਰ ਹੈ, ਚੱਲ ਵੀ ਨੌਜਵਾਨਾਂ ਵੱਧ ਵਿਰੋਧੀਆਂ ਦੇ ਵਿਹੜੇ ਵੱਲ ਪਾ ਵੀ ਸ਼ਕੀਨਾ, ਅਗਲੀ ਕਬੱਡੀ ਕੇ ਛਾਤੀ ਬਲ ਹੋ ਲਓ, ਸ਼ੀਨਾ ਬਾਹੂਪੁਰੀਆ ਕਬੱਡੀ ਪਾਉਂਦਾ ਹੋਇਆ, ਸ਼ੀਨੇ ਬਾਹੂਪੁਰ ਦੀ ਪਈ ਹੋਈ ਕਬੱਡੀ ਆ ਮੈਦਾਨ ਦੇ ਵਿੱਚ, ਉਧਰ ਚੋਟੀਆਂ ਵਾਲਿਆ ਜੱਗਾ ਲਲੀਆਂ ਵਾਲਾ ਤੇ ਘੋਨਾ ਧਾਲੀਵਾਲ ਦਾ ਤੇ ਨਾਲ ਜਸਕਰਨ ਬਜੋਲੇ ਵਾਲਾ ਖੜਾ ਤੇ ਨਾਲ ਕਹਿੰਦੇ ਨੌਜਵਾਨ ਨੇ ਲਾਇਆ ਸੈੱਟ, ਚਾਰਾਂ ਜਾਫੀਆਂ ਦਾ ਕੰਮ ਦਾ ਸੈੱਟ, ਕੌਣ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਬੜੇਗਾ, ਇਹ ਸਮਾਂ ਦੱਸੇਗਾ ਬੀਤਦਾ ਹੋਇਆ ਸਮਾਂ। ਤੇ ਮੈਦਾਨ ਦੇ ਵਿੱਚ ਇਸ ਵੇਲੇ ਨੌਜਵਾਨ ਸ਼ੀਨੂ ਕਬੱਡੀ ਪਾਉਂਦਾ ਹੋਇਆ, ਪਈ ਹੋਈ ਮੈਦਾਨ ਦੇ ਵਿੱਚ ਰੇਡ ਆ ਤੇ ਇੱਕ ਪਾਸੇ ਮਾਰੀ ਹੋਈ ਧੌਲ ਆ, ਤੇ ਪਰ ਸਫਲਤਾ ਜਿਹੜੀ ਆ ਰੇਡਰ ਦੇ ਕਦਮ ਚੁੰਮਦੀ ਹੋਈ, ਬੈਟ ਮੇਰੇ ਵੀਰੋ ਇਸ ਵੇਲੇ ਰੇਡਰ ਦੇ ਸੇ ਜੜਦਾ ਹੋਇਆ। ਆਓ ਅਗਲੀ ਕਬੱਡੀ ਮੈਦਾਨ ਦੇ ਵਿੱਚ, ਫਿਰ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੈ ਨੌਜਵਾਨ, ਚੱਲ ਵੀ ਜੱਸਾ ਪਰਸਰਾਮਪੁਰ ਵਾਲਾ ਇੱਕ ਲੱਤ ਚੱਕੀ ਆ, ਪਰ ਟਰਾਈ ਜਿਹੜੀ ਆ ਥੋੜੀ ਗਲਤ ਹੋ ਗਈ ਆ, ਤੇ ਗੀਤੇ ਦਾ ਫੈਸਲਾ ਕਿ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਜੱਸੇ ਦੇ ਹਿੱਸੇ ਦੇ ਵਿੱਚ ਆ। ਚੱਲ ਵੀ ਨੌਜਵਾਨਾਂ ਅੰਮ੍ਰਿਤ ਪਾ ਕਬੱਡੀ, ਖੀਰਾਂਵਾਲ ਪਿੰਡ ਆ ਨੌਜਵਾਨ ਦਾ, ਜਿੱਥੋਂ ਦੇ ਗੱਗੀ ਵਰਗਿਆਂ ਦੀ ਗੱਲ ਚੱਲਦੀ ਹੈ, ਜਿੱਥੋਂ ਦੇ ਸ਼ਾਮੀ ਵਰਗਿਆਂ ਦੀ, ਜਿੱਥੋਂ ਦੇ ਮੇਰੇ ਵੀਰੋ ਸਿੱਪੀ ਵਰਗਿਆਂ ਦੀ ਗੱਲ ਚੱਲਦੀ ਆ, ਇਹ ਉਸੇ ਧਰਤੀ ਦਾ ਜੰਪਲ ਹੈ। ਅੰਮ੍ਰਿਤ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਚਾਰਾਂ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਕਿ ਖੜੇ ਮਾਰਨ ਥਾਪੀਆਂ ਵੀ ਤੋਚੀ ਲੱਖਾਂ ਜਵਾਰਾ ਲਾਲੀ, ਕਿ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਦ ਨਾ ਖਾਲੀ, ਕਿ ਉਹ ਬੈਲੀ ਭੱਜ ਤੁਰਿਆ ਜੀਤੇ ਮੌੜ ਨਾ ਪੰਗਾ ਪਾ ਕੇ। ਲੈ ਵੀ ਕਮਲਜੀਤ ਸੰਧੂ ਦੇਖ ਫਿਰ ਲੱਗਦਾ ਜਫਾ ਇਸ ਵੇਲੇ ਕਿ ਉਹ ਜਾਫੀ ਨੇ ਰੇਡਰ ਨੂੰ ਬਾਹਾਂ ਵਿੱਚ ਜਕੜ ਲਿਆ ਤੇ ਜਿਵੇਂ ਸ਼ੇਰ ਨੇ ਚੁੰਘੀਆਂ ਭਰਦੇ ਮਿਰਗ ਨੂੰ ਪਕੜ ਲਿਆ, ਪੱਬਾ ਭਾਰ ਕਬੱਡੀ ਨੂੰ ਤੇ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਉਹ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਓਲੰਪਿਕ ਦੇ ਵਿੱਚ ਨਾਂ ਜਦ ਕਬੱਡੀ ਦਾ ਆਵੇਗਾ ਫਿਰ ਮਾਨ ਸਾਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ, ਹੋ ਦੇਖਣ ਦਰਸ਼ਕ ਪੱਬਾ ਭਾਰ ਕਬੱਡੀ ਨੂੰ, ਉਹ ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਬਾਕੀ ਮੇਰੇ ਵੀਰੋ ਪੰਜਾਬੀ ਪਿਆਰ ਕਰਦੇ ਨੇ ਕਬੱਡੀ ਨੂੰ। ਲਾ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ, ਇਸ ਵੇਲੇ ਨੌਜਵਾਨ ਸ਼ਰਨਾ ਕਾਲੇ ਸੰਘਿਆਂ ਦਾ ਕਬੱਡੀ ਪਾਉਂਦਾ ਹੋਇਆ, ਕਾਲੇ ਸੰਘੇ ਕਹਿੰਦੇ ਤਾਜੇ ਦਾ ਪਿੰਡ ਆ, ਇਸੇ ਪਿੰਡ ਦਾ ਬੜਾ ਮਸ਼ਹੂਰ ਖਿਡਾਰੀ ਕਾਲਾ ਨੌਜਵਾਨ ਮੇਰੇ ਵੀਰੋ ਧਰਤੀ ਦੇ ਪਾਪਾ ਤਾਜਾ ਕਾਲੇ ਸੰਘਿਆਂ ਦਾ, ਇਸ ਵੇਲੇ ਪੁਆਇੰਟ ਜਿਹੜਾ ਉਸ ਗਰਾਈ ਉਸ ਖਿਡਾਰੀ ਦੇ ਗਰਾਈ ਦੇ ਹਿੱਸੇ ਜੜਦਾ ਹੋਇਆ ਸ਼ਰਨਾ ਕਾਲੇ ਸੰਘਿਆਂ ਦਾ ਬਹੁਤ ਤਕੜੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਪਾ ਵੀ ਨੌਜਵਾਨ ਰੇਡ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ।